ਸਤਿਕਾਰ ਮੈਂ ਡਾਕਟਰ ਜਿੰਦਰ ਸਿੰਘ ਪੰਜਾਬ ਟੁਡੇ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਸਨੀ ਦਿਓਲ ਦੀ ਕਰਾਂਗੇ। ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਬਾਲੀਵੁੱਡ ਅਭਿਨੇਤਾ ਇਸ ਵੇਲੇ ਸੁਰਖੀਆਂ 'ਚ ਹਨ। ਗੱਲ ਗਦਰ 2 ਦੀ ਕੀਤੀ ਜਾਵੇ ਜਾਂ ਫਿਰ ਗੁਰਦਾਸਪੁਰ ਦੇ ਵਿੱਚੋਂ ਉਹਨਾਂ ਦੀ ਗੈਰ ਹਾਜ਼ਰੀ ਦੀ, ਲਗਾਤਾਰ ਹੀ ਸਨੀ ਦਿਓਲ ਇਸ ਵੇਲੇ ਸੁਰਖੀਆਂ 'ਚ ਹਨ। ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਤੋਂ 2019 ਦੇ ਵਿੱਚ ਉਹਨਾਂ ਨੇ ਚੋਣ ਲੜੀ ਸੀ ਅਤੇ ਸੁਨੀਲ ਜਾਖੜ ਨੂੰ 80,000 ਤੋਂ ਵੱਧ ਵੋਟਾਂ ਨਾਲ ਉਹਨਾਂ ਨੇ ਹਰਾਇਆ ਸੀ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਨੀ ਦਿਓਲ ਨੇ ਗੁਰਦਾਸਪੁਰ ਦੇ ਵਿੱਚ ਬਾਅਦ ਵਿੱਚ ਦਿਲਚਸਪੀ ਨਹੀਂ ਵਿਖਾਈ। ਇਸ ਵਿਚਾਲੇ ਕੋਰੋਨਾ ਕਾਲ ਵੀ ਲੰਘਿਆ ਅਤੇ ਹੁਣ ਹੜ੍ਹਾਂ ਵਰਗੇ ਹਾਲਾਤਾਂ ਦੇ ਵਿੱਚ ਵੀ ਸਨੀ ਦਿਓਲ ਆਪਣੇ ਗਦਰ 2 ਦੀ ਮਸ਼ਹੂਰੀ ਤਾਂ ਕਰਦੇ ਰਹੇ, ਉਸਦੇ ਭੰਗੜੇ ਵੀ ਹੁਣ ਪਾ ਰਹੇ ਹਨ, ਸਫਲਤਾ ਦੇ ਝੰਡੇ ਵੀ ਗੱਡ ਰਹੇ ਹਨ। ਪਰ ਦੂਸਰੇ ਪਾਸੇ ਜੋ ਲੋਕ ਗੁਰਦਾਸਪੁਰ ਦੇ ਵਿੱਚ ਡੁੱਬ ਰਹੇ ਹਨ, ਜੋ ਲੋਕ ਡੁੱਬੇ ਹਨ ਅਤੇ ਜਿਨ੍ਹਾਂ ਦੇ ਘਰ ਤਬਾਹ ਹੋ ਚੁੱਕੇ ਹਨ, ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ, ਸਨੀ ਦਿਓਲ ਨੇ ਉਹਨਾਂ ਦੀ ਕੋਈ ਵੀ ਪਰਵਾਹ ਨਹੀਂ ਕੀਤੀ। ਉੱਧਰ ਦੂਸਰੇ ਪਾਸੇ ਲੋਕਾਂ ਦੇ ਵਿੱਚ ਗਦਰ 2 ਨੂੰ ਲੈ ਕੇ ਕਾਫੀ, ਜੋ ਕਿ ਸਨੀ ਦਿਓਲ ਨੂੰ ਐਜ ਐਨ ਐਕਟਰ ਪਸੰਦ ਕਰਦੇ ਹਨ, ਕਾਫੀ ਖੁਸ਼ ਹਨ ਅਤੇ ਗਦਰ 2 ਨੇ ਇਸ ਵਾਰ ਕਾਫੀ ਧਮਾਲ ਮਚਾਈ ਹੈ ਅਤੇ ਗਦਰ 2 ਨੇ ਬਾਹੂਬਲੀ ਤੋਂ ਲੈ ਕੇ ਸ਼ਾਹਰੁਖ ਖਾਨ ਦੀ ਪਠਾਨ ਫਿਲਮ ਤੱਕ ਦੇ ਰਿਕਾਰਡ ਨੂੰ ਮਾਤ ਦੇ ਦਿੱਤੀ ਹੈ। ਸਨੀ ਦਿਓਲ ਇਸ ਵੇਲੇ ਕਾਫੀ ਖੁਸ਼ ਹਨ, ਪਰ ਗੁਰਦਾਸਪੁਰ ਦੇ ਲੋਕ ਉਹਨਾਂ ਤੋਂ ਨਾ ਖੁਸ਼ ਹਨ। ਅੱਜ ਇਸ ਸਭ ਦੇ ਵਿਚਾਲੇ ਹੀ ਸਨੀ ਦਿਓਲ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਇੱਕ ਨਿੱਜੀ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਸਾਲ 2024 ਦੀ ਚੋਣ ਨਹੀਂ ਲੜਨਾ ਚਾਹੁੰਦੇ ਹਨ। ਸਨੀ ਦਿਓਲ ਨੇ ਕਿਹਾ ਹੈ ਕਿ ਉਹ ਰਾਜਨੀਤੀ ਦੇ ਵਿੱਚ ਆਉਣਾ ਨਹੀਂ ਚਾਹੁੰਦੇ ਸਨ ਅਤੇ ਨਾ ਹੀ ਉਹਨਾਂ ਦਾ ਪਰਿਵਾਰ ਰਾਜਨੀਤਿਕ ਹੈ। ਉਹਨਾਂ ਕਿਹਾ ਹੈ ਕਿ ਉਹ ਸਾਲ 2024 ਦੀ ਚੋਣ ਵੀ ਨਹੀਂ ਲੜਨਾ ਚਾਹੁੰਦੇ ਹਨ, ਜਿਸ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਸਿਆਸਤ ਭਖਦੀ ਵਿਖਾਈ ਦੇ ਰਹੀ ਹੈ ਅਤੇ ਖਾਸ ਤੌਰ 'ਤੇ ਸਨੀ ਦਿਓਲ ਦੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਸ 'ਤੇ ਤੰਜ ਕੱਸੇ ਜਾ ਰਹੇ ਹਨ। ਉੱਧਰ ਦੂਸਰੇ ਪਾਸੇ ਗੁਰਦਾਸਪੁਰ ਦੇ ਲੋਕਾਂ ਦੇ ਵਿੱਚ ਵੀ ਸਨੀ ਦਿਓਲ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਸਨੀ ਦਿਓਲ ਦੇ ਖਿਲਾਫ ਲੋਕਾਂ ਦੇ ਵਿੱਚ ਨਿਰਾਸ਼ਾ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਜਦ ਕੋਰੋਨਾ ਸੀ ਉਸ ਵੇਲੇ ਵੀ ਸਨੀ ਦਿਓਲ ਦੇ ਖਿਲਾਫ ਇਹ ਨਿਰਾਸ਼ਾ ਦਾ ਮਾਹੌਲ ਬਣਿਆ ਸੀ ਅਤੇ ਇੱਥੋਂ ਤੱਕ ਕਿ ਗੁਰਦਾਸਪੁਰ ਦੇ ਵਿੱਚ ਕਈ ਵਾਰ ਸਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਵੀ ਲੱਗ ਚੁੱਕੇ ਹਨ। ਤੁਹਾਨੂੰ ਇਹ ਦੱਸ ਦਈਏ ਕਿ ਗਦਰ 2 ਦੇ ਵਿੱਚ ਸਨੀ ਦਿਓਲ ਨੇ ਪਠਾਨਕੋਟ ਦੀ ਸ਼ੂਟਿੰਗ ਦਿਖਾਈ ਹੈ ਕਿ ਪਠਾਨਕੋਟ ਦੇ ਕੁਝ ਸੀਨ ਹਨ, ਪਰ ਦੂਸਰੇ ਪਾਸੇ ਸਨੀ ਦਿਓਲ ਪਠਾਨਕੋਟ ਦੇ ਮੌਜੂਦਾ ਸੰਸਦ ਮੈਂਬਰ ਹੋਣ ਦੇ ਬਾਵਜੂਦ ਵੀ ਇੱਧਰ ਵੱਲ ਨੂੰ ਮੂੰਹ ਨਹੀਂ ਕਰਦੇ ਵਿਖਾਈ ਦਿੱਤੇ। ਇੱਥੋਂ ਤੱਕ ਕਿ ਉਹਨਾਂ ਨੇ ਦੇਸ਼ ਭਰ ਦੇ ਵਿੱਚ ਆਪਣੀ ਗਦਰ 2 ਦੀ ਫਿਲਮ ਦੀ ਪ੍ਰਮੋਸ਼ਨ ਕੀਤੀ, ਪਰ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਆਉਣਾ ਵੀ ਮੁਨਾਸਿਬ ਨਹੀਂ ਸਮਝਿਆ। ਅੰਮ੍ਰਿਤਸਰ ਆ ਕੇ ਹੀ ਉਹ ਵਾਪਸ ਪਰਤ ਗਏ। ਇਸ ਸਭ ਨੂੰ ਲੈ ਕੇ ਗੁਰਦਾਸਪੁਰੀਆਂ ਦੇ ਵਿੱਚ ਕਾਫੀ ਰੋਸ ਹੈ ਅਤੇ ਗੁਰਦਾਸਪੁਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਉਹਨਾਂ ਦੇ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਉਹਨਾਂ ਦੀ ਫਿਲਮ ਦੀ ਬਾਈਕਾਟ ਦਾ ਸੱਦਾ ਵੀ ਦਿੱਤਾ ਗਿਆ ਸੀ। ਹਾਲਾਂਕਿ ਉਸ ਬਾਈਕਾਟ ਦਾ ਬਾਕੀ ਸ਼ਹਿਰਾਂ ਦੇ ਵਿੱਚ ਕੋਈ ਵੱਡਾ ਅਸਰ ਵੇਖਣ ਨੂੰ ਨਹੀਂ ਮਿਲਿਆ ਹੈ ਅਤੇ ਸਨੀ ਦਿਓਲ ਦੀ ਫਿਲਮ ਬਾਕਸ ਆਫਿਸ 'ਤੇ ਸਭ ਤੋਂ ਵੱਡੀ ਹਿੱਟ ਹੁੰਦੀ ਵਿਖਾਈ ਦੇ ਰਹੀ ਹੈ ਅਤੇ ਹੁਣ ਤੱਕ 350 ਕਰੋੜ ਤੋਂ ਵੱਧ ਸਨੀ ਦਿਓਲ ਦੀ ਗਦਰ 2 ਫਿਲਮ ਪੈਸਾ ਕਮਾ ਚੁੱਕੀ ਹੈ। ਪਰ ਦੂਸਰੇ ਪਾਸੇ ਜੇਕਰ ਗੱਲ ਐਜ ਐਨ ਸੰਸਦ ਮੈਂਬਰ ਸਨੀ ਦਿਓਲ ਦੀ ਕੀਤੀ ਜਾਵੇ ਤਾਂ ਸਨੀ ਦਿਓਲ ਗੁਰਦਾਸਪੁਰ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੋਏ ਹਨ। ਇਹੀ ਕਾਰਨ ਹੈ ਕਿ ਸਾਲ 2024 ਦੀ ਚੋਣ ਤੋਂ ਕਿਨਾਰਾ ਹੁਣ ਤੋਂ ਹੀ ਕਰਨ ਲੱਗੇ ਹਨ। ਤੁਹਾਨੂੰ ਵੀ ਦੱਸ ਦਈਏ ਕਿ ਸਨੀ ਦਿਓਲ ਦੀ ਜਿੱਥੋਂ ਤੱਕ ਐਕਟਿੰਗ ਜਾਂ ਫਿਰ ਐਕਸ਼ਨ ਦੀ ਗੱਲ ਹੈ ਤਾਂ ਫਿਲਮਾਂ ਦੇ ਵਿੱਚ ਤਾਂ ਉਹ ਬਾਕਮਾਲ ਐਕਟਰ ਹਨ, ਪਰ ਸਿਆਸਤ ਦੀ ਦੁਨੀਆ ਵਿੱਚ ਉਹ ਬਿਲਕੁਲ ਫੇਲ ਹਨ, ਕਿਉਂਕਿ ਲੱਗਦਾ ਹੈ ਕਿ ਸਨੀ ਦਿਓਲ ਵਾਕਈ ਹੀ ਸਿਆਸਤ ਦੇ ਲਈ ਬਣੇ ਹੀ ਨਹੀਂ ਸਨ। ਪਰ ਭਾਜਪਾ ਨੇ ਉਸ ਵੇਲੇ ਉਹਨਾਂ ਨੂੰ ਮਜਬੂਰੀ ਕਰਕੇ ਮੈਦਾਨ ਦੇ ਵਿੱਚ ਉਤਾਰਿਆ ਅਤੇ ਆਪਣੀ ਸੀਟ ਝੋਲੀ ਦੇ ਵਿੱਚ ਪਾ ਲਈ ਸੀ। ਪਰ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸਾਲ 2024 ਦੀਆਂ ਚੋਣਾਂ ਦੇ ਵਿੱਚ ਗੁਰਦਾਸਪੁਰ ਤੋਂ ਭਾਜਪਾ ਹੁਣ ਕਿਸ ਨੂੰ ਉਤਾਰਦੀ ਹੈ। ਹਾਲਾਂਕਿ ਇਸ ਬਾਰੇ ਕੋਈ ਰਸਮੀ ਤੌਰ 'ਤੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ ਕਿ ਸਨੀ ਦਿਓਲ ਗੁਰਦਾਸਪੁਰ ਤੋਂ ਉਮੀਦਵਾਰ ਨਹੀਂ ਹੋਣਗੇ, ਪਰ ਇੱਕ ਨਿੱਜੀ ਚੈਨਲ ਦੇ ਵਿੱਚ ਉਹਨਾਂ ਨੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇ ਦਿੱਤੀ ਹੈ ਕਿ ਉਹ ਰਾਜਨੀਤੀ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਹਨ ਅਤੇ ਸਾਲ 2024 ਦੀਆਂ ਚੋਣਾਂ ਵੀ ਨਹੀਂ ਲੜਨਾ ਚਾਹੁੰਦੇ ਹਨ। ਅਜਿਹੇ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਵਾਰ ਸਿਆਸੀ ਮਾਹੌਲ ਹੁਣ ਵੱਖਰਾ ਵੇਖਣ ਨੂੰ ਮਿਲ ਸਕਦਾ ਹੈ। ਇੱਕ ਗੱਲ ਕਹਿ ਸਕਦੇ ਹਾਂ ਕਿ ਸਨੀ ਦਿਓਲ ਨੇ ਇਹ ਫੈਸਲਾ ਲੈ ਕੇ ਆਪਣੇ ਲਈ ਚੰਗਾ ਹੀ ਕੀਤਾ ਹੈ, ਕਿਉਂਕਿ ਗੁਰਦਾਸਪੁਰ ਦੇ ਲੋਕ ਸਨੀ ਦਿਓਲ ਤੋਂ ਇਸ ਵੇਲੇ ਕਾਫੀ ਨਿਰਾਸ਼ ਅਤੇ ਗੁੱਸੇ ਦੇ ਵਿੱਚ ਹਨ। ਜੇਕਰ ਉਹ ਇੱਥੋਂ ਚੋਣ ਲੜਦੇ ਤਾਂ ਇਸ ਵਾਰ ਉਹਨਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਸਕਦੀ ਸੀ।